गल अपनी सुनावा। मेरी सस ने मैनू, मैं उमरे ते गया ते रिश्ता कराने लई ने फोन किया। आंदी ए मदनी साहब सुनिया तुहाडा रिश्ता होना, मैं कहा होना है। आंदी फिर उमरे तो आओ तुहानू विखाउणा। मैं ठीक, वो खलो गए। मैं जलसा जिधर जाना ही राह च, उन्हें मेरी सास सौर नू कहा मुंडा है। वो सस मेरी अल्लाह उन्हें सेहत वाली जिंदगी दवे, तो मैं उन्होंने माँ ही समझना। तो बड़ी अजीम औरत है, धियाँ वसाउणियां जानदी। मैनू कहिंदी ए पुत साडा तो पुत है, अगो अल्लाह नू जो मंजूर। मैं खजूरां कढ़ियां गड्डी चों ते जमजम, मैं कह लो फिर तुहानू खजूरां है। पहला तुहाडा जवाई जी ने तुहानू तोहफा ही जमजम दे दिता, हुण जवाई आप बड़े वड्डे तोहफे हुंदे ने। ताया कहिंदा फिर मदनी, ਉਹ ਮੈਂ ਨਾ ਦੇ ਕੇ ਤੋਹਫਾ। ਮੈਂ ਜਲਸੇ ਚਲੇ ਗਿਆ। ਉਹਨਾਂ ਕਹਾ ਜੀ ਅਸੀਂ ਵੀ ਵੇਖਣ ਆਉਣਾ ਹੈ। ਮੈਂ ਕਿਹਾ ਜੀ ਵੇਖਣ ਆਉਣਾ? ਕਹਿੰਦੇ ਜੀ ਕਰਨ ਹੀ ਆਉਣਾ। ਉਹ ਮੈਂ ਆਪਣੀ ਮਾਂ ਨੂੰ ਕਿਹਾ ਜੇ ਉਹਨਾਂ ਐਡੀ ਵੱਡੀ ਗੱਲ ਕਹੀ ਨਾ ਵੀ ਨਾ ਘਰ ਵੇਖਿਆ ਨਾ ਚੁੱਲ੍ਹਾ ਨਾ ਕੁੱਲਾ ਅਤੇ ਇਕੱਲਾ ਮੌਲਵੀ ਵੇਖ ਲਿਆ ਤਾਂ ਉਹਨਾਂ ਕਿਹਾ ਉਹਨੇ ਠੀਕ ਹੈ ਹਮਾਨ ਤੂੰ ਵੀ ਜਿਉਂ ਹੋਵੇ ਨਾ ਤੂੰ ਹਾਂ ਹੀ ਕਰਕੇ ਆਉਣਾ। ਨਸਲੀ ਇੰਜ ਹੁੰਦੇ ਨੇ। ਆ ਮੈਂਬਰ 'ਤੇ ਬੈਠਾ ਮੈਂ ਇੰਜ ਹੀ ਕਿਹਾ। ਹੋ ਗਈ ਗੱਲ, ਰਿਸ਼ਤਾ ਹੋ ਗਿਆ। ਉਹ ਸੱਸ ਮੇਰੀ ਪੁੱਛਦੀ, ਪੁੱਛ ਲੈਂਦੇ ਨੇ ਬੰਦੇ, ਬੇਗਮ ਸੱਸ ਸਾਰੇ ਵੀ ਸੋਹਣਾ ਕੀ ਪਾਉਣਾ? ਮੈਂ ਵੀ ਸੋਹਣੇ ਵਰਗਾ ਤੁਹਾਨੂੰ ਪੁੱਤਰ ਲੱਭ ਗਿਆ, ਹੁਣ ਸੋਹਣਾ ਰਹਿ ਗਿਆ ਪਿੱਛੇ। ਮੈਂ ਸੋਹਣਾ ਸੋਹਣਾ ਕੋਈ ਨਹੀਂ ਪਾਉਣਾ। ਲੈ ਕਸਮੇ ਮੈਂ ਇੱਕ ਤੋਲਾ ਨਹੀਂ ਪਾਇਆ। ਉਹ ਮੈਂ ਲੈ ਗਿਆ ਆਪਣੀ ਬੁੜੀ ਨੂੰ ਪਹਿਲੇ ਅਤੇ ਆਖਰੀ ਜਲਸੇ 'ਤੇ। ਪਹਿਲੇ ਤੇ ਉੱਚੀ ਬੋਲੋ, ਪਹਿਲੇ ਤੇ ਮੈਂ ਉੱਥੇ ਲੱਗ ਕੇ ਕਿਸੇ ਨੇ ਦਾਵਤ ਕਰਤੀ ਤੇ ਉੱਥੇ ਛੱਤ ਤੇ ਮੇਰੀ ਬੇਗਮ ਬਹਿ ਗਈ ਬੀਬੀਆਂ 'ਚ ਤੇ ਮੈਂ ਥੱਲੇ ਜਲਸਾ ਪਿਆ ਕਰਾਂ। ਬਸ ਫਿਰ ਮੈਂ ਥੱਲੇ ਜਲਸਾ ਪਿਆ ਕਰਾਂ ਤੇ ਬੁੜੀਆਂ ਉੱਤੇ ਮੇਰੀ ਬੁੜੀ ਨਾਲ ਜਲਸਾ ਪਿਆ ਕਰਨਾ। ਹੁਣ ਉਹ ਗੱਲਾਂ ਗੱਲਾਂ 'ਚ ਪੁੱਛਿਆ ਨਹੀਂ ਤੈਨੂੰ ਕਿੰਨਾ ਸੋਨਾ ਪਾਇਆ ਨਹੀਂ ਤੈਨੂੰ ਕਿੰਨਾ ਪਾਇਆ, ਤੇ ਵਾਰੀ ਆ ਗਈ ਮੇਰੀ ਬੁੜੀ ਦੀ। ਉਹਨੇ ਆਖਿਆ ਨਹੀਂ ਤੇਰੇ ਮਦਨੀ ਨੇ ਕਿੰਨਾ ਸੋਹਣਾ ਪਾਇਆ। ਉਹਨੇ ਆਖਿਆ ਵੀ ਤੁਸੀਂ ਦੱਸੋ। ਉਹਨੇ ਕਿਹਾ ਵੀ ਸਾਡੇ ਨੇ ਤੇ ਮਦਨੀ ਨੇ ਕੋਈ ਨਹੀਂ ਪਾਇਆ। ਅਤੇ ਬੁੜੀਆਂ ਜਿਵੇਂ ਕਰਦੀ, ਹਾਂ ਨਹੀਂ ਮਾੜਾ ਜਿਹਾ ਮੌਲਵੀ ਹੈ, ਉਹਨੇ ਮੇਰਾ ਚਾਰ ਤੋਲੇ ਪਾਇਆ, ਤੇਰਾ ਐਡਾ ਮੀਰ ਮੌਲਵੀ ਦੇ ਇਹਨੇ ਸੋਲਾ ਵੀ ਨਹੀਂ ਪਾਇਆ। ਨਹੀਂ ਹਾਏ ਹਾਏ ਨਹੀਂ ਨੇਰ ਖਦਾ। ਬਸ ਫਿਰ ਜੋ ਹੋਇਆ, ਫਿਰ ਬਸ ਫਿਰ ਜੋ ਮੈਂ ਘਰ ਜਾ ਕੇ ਵੇਖਿਆ ਤੇ ਮੈਂ ਆਖਿਆ ਅੱਛਾ। ਮੈਂ ਫਿਰ ਜਲਸਾ ਫਿਰ ਉਸ ਮੁਸੀਬਤੇ ਗਿਆ ਕਰ। ਮੈਂ ਕਿਹਾ ਲੋਕੋ ਇੱਥੇ ਬੁੜੀਆਂ ਨਾਲ ਲਿਆਇਆ ਜੇ ਤੇ ਬੰਦੇ ਜਾੜਦੀਆਂ, ਮੌਲਵੀ ਵੀ ਜਾੜਦਣ ਲੱਗੀਆਂ ਸੀ। ਉਹ ਮੈਂ ਉਦੋਂ ਬਾਅਦ ਮੈਂ ਨਹੀਂ ਆਪਣੀ ਬੇਗਮ ਨੂੰ ਕਿਤੇ ਜਲਸੇ ਤੇ ਲਗਿਆ। ਉਹ ਬੋਲੋ ਪੁੱਛ ਲੈਂਦੀਆਂ ਨੇ ਕਿ ਨਹੀਂ, ਪਰ ਮੈਂ ਤੁਹਾਨੂੰ ਵੀ ਆਹਨਾ ਹੈ ਕਿ ਸੋਹਣਾ ਜਿਹੜਾ ਹੈ ਨਾ ਤੁਸੀਂ ਨਾ ਪਾਓ ਤੇ ਮੁੰਡਾ ਵਿਆਹਿਆ ਜਾ ਸਕਦਾ, ਪਰ ਤੁਸੀਂ ਇਹਦੇ ਜੇ ਸੋਨਾ ਬਣਾਓ ਮਕਾਨ ਬਣਾਓ। ਮੁੰਡਾ ਹੋ ਗਿਆ 35 ਸਾਲਾਂ ਦਾ, ਮੁੰਡਾ ਗਿਆ ਵਿਆਹ, 40 ਚ ਇਜ਼ਰਾਈਲ ਆ ਗਿਆ। ਅੱਜ ਜਾ ਕੇ ਸਾਲ ਗਨਾਹ ਵੀ ਇੰਨੇ ਰਹਿ ਗਏ ਨੇ, ਆਪਣੇ ਅੱਬੇ ਨੂੰ ਗਨਾਹ ਜਾ ਇਹ ਬੜਾ ਖੁਸ਼ ਹੋਇਆ ਜੀ। ਅੱਛਾ ਵੀ ਨਬੀ ਪਾਕ ਨੇ ਕਿਹਾ ਵੀ ਜਦੋਂ ਬੱਚਾ ਬਾਲਗ ਹੋਵੇ ਤਾਂ ਉਹਨੂੰ ਵਿਆਹ ਕਰ ਦੇਣਾ। ਹੁਣ ਪਾਕਿਸਤਾਨ 13-14 ਸਾਲ ਦਾ ਬੱਚਾ ਬਾਲਗ ਹੋ ਰਿਹਾ, ਬੱਚੀ ਵੀ 10-12-13 ਸਾਲ ਦੀ ਬਾਲਗ ਹੋ ਰਹੀ। ਹੁਣ ਹਕੂਮਤ ਦੀ ਮਜਬੂਰੀ ਕਾਨੂੰਨ 18 ਸਾਲ ਤੱਕ, ਕਿੰਨੇ ਸਾਲ ਤੱਕ? 18 ਸਾਲ ਦੀ ਉਮਰ ਤੱਕ ਤੁਸੀਂ ਸ਼ਾਦੀ ਨਹੀਂ ਕਰ ਸਕਦੇ। ਮੌਲਵੀ ਨਿਕਾਹ ਪੜ੍ਹਾਏਗਾ ਤਾਂ ਉਹਨਾਂ ਮੌਲਵੀ ਨੂੰ ਵੀ ਫੜ ਲੈਣਾ। ਜਾਣਾ ਕਿ ਨਹੀਂ ਕਹੀ ਮੌਲਵੀ ਜੀ, ਉਹਨੇ ਨਿਕਾਹ ਦੇ ਲੈ ਨਹੀਂ ਹੁੰਦੇ ਜਿੰਨੇ ਲਾਉਣੇ ਪੈ ਜਾਂਦੇ, ਕਿਉਂ ਜੀ ਬਚ ਕੇ